ਹੈਲੋ ਸਟੂਡੈਂਟਸ ਵੈਰੀ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵੀਡੀਓ ਚ ਅਸੀਂ ਦੇਖਾਂਗੇ ਕਿ ਪੰਜਾਬ ਪਟਵਾਰੀ ਦਾ ਜਿਹੜਾ ਆਨਲਾਈਨ ਐਪਲੀਕੇਸ਼ਨ ਫਾਰਮ ਹੈ ਉਹ ਕਿਵੇਂ ਫਿਲ ਕਰਨਾ ਹੈ ਪੰਜਾਬ ਚ ਨੇ ਕਹਾਵਤ ਹੈਗੀ ਹੈ ਕਿ ਜਿਹੜੀ ਜ਼ਿਆਦਾ ਤਰਾਕ ਬੰਦਾ ਨਾ ਉਹੀ ਡੁੱਬਦਾ ਹੈ ਦੇਖੋ ਇਹ 10 ਮਿੰਟ ਦਾ ਵੀਡੀਓ ਜ਼ਰੂਰ ਦੇਖ ਲਓ ਕਿਉਂਕਿ ਇਸ ਐਪਲੀਕੇਸ਼ਨ ਫਾਰਮ ਚ ਪੀਟ੍ਰਿਪਲ ਐਸਬੀ ਬੋਰਡ ਨੇ ਤਿੰਨ ਚਾਰ ਚੀਜ਼ਾਂ ਇਦਾਂ ਦੀਆਂ ਕੀਤੀਆਂ ਕਿ ਤੁਹਾਨੂੰ ਬਾਅਦ ਚ ਚਾਰ ਪੰਜ ਸਾਲ ਪਛਤਾਣਾ ਪੈਣਾ ਨਹੀਂ ਤਾਂ ਮੀਨਜ਼ ਇਹਦੇ ਚ ਨਾ ਐਡੀਟਿੰਗ ਦੀ ਆਪਸ਼ਨ ਹੀ ਹੈ ਜਿਹੜੀ ਨਾਮ ਫਾਦਰ ਨੇਮ ਤੇ ਡੇਟ ਆਫ ਬਰਥ ਤੇ ਤੁਸੀਂ ਕੈਟਾ ਤੇ ਫਿਰ ਜਦੋਂ ਨੈਕਸਟ ਇਲੈਕਸ਼ਨਸ ਆਣਗੇ 2026 ਚ ਉਦੋਂ ਫਿਰ ਪਟਵਾਰੀ ਦਾ ਪੇਪਰ ਦਿਓ ਇਸ ਕਰਕੇ ਇਹ ਗਲਤੀ ਨਾ ਕਰਿਓ ਜੇ ਤੁਸੀਂ ਜਿਹੜਾ ਮੈਂ ਤੁਹਾਨੂੰ ਅੱਜ ਦੇ ਵੀਡੀਓ ਚ ਦੱਸਣ ਲੱਗਾ ਹਾਂ ਇਹ ਤੁਸੀਂ ਹਾਲਾਕੀ ਖੁਦ ਵੀ ਪੜ੍ਹ ਕੇ ਕਰ ਸਕਦੇ ਹੋ ਵੈਬਸਾਈਟ ਤੇ ਵੀ ਕਿਵੇਂ-ਕਿਵੇਂ ਫਾਰਮ ਫਿਲ ਕਰਨਾ ਹੈ ਲੇਕਿਨ ਉਹਦੇ ਵਾਸਤੇ ਤੁਹਾਨੂੰ ਘੰਟਾ ਲਾਣਾ ਪੈਣਾ ਹੈ ਜੇ ਤੁਸੀਂ ਮੇਰਾ ਵੀਡੀਓ ਦੇਖੋਗੇ ਤਾਂ ਤੁਹਾਨੂੰ ਜਿਹੜੀ ਹੈ ਉਹ 10 ਮਿੰਟ ਚ ਸਾਰੀਆਂ ਚੀਜ਼ਾਂ ਪਤਾ ਚੱਲ ਜਾਣਗੀਆਂ ਕਿ ਕੋਈ ਗਲਤੀ ਨਾ ਹੋਵੇ ਦੇਖੋ ਮੇਰਾ ਮੇਨ ਮਕਸਦ ਜਿਹੜਾ ਹੈਗਾ ਕਿ ਤੁਸੀਂ ਫਾਰਮ ਫਿਲ ਕਰਨ ਦਾ ਟਾਈਮ ਕੋਈ ਗਲਤੀ ਨਾ ਕਰੋ ਕਿਉਂਕਿ ਇਹਦੇ ਚ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਸਭ ਤੋਂ ਪਹਿਲੇ ਦੇਖੋ ਜਦੋਂ ਵੀ ਤੁਸੀਂ ਸਾਈਟ ਖੋਲੋਗੇ ਪੀ ਟ੍ਰਿਪਲ ਐਸ ਬੀ ਬੋਰਡ ਦੀ ਆਨਲਾਈਨ ਐਪਲੀਕੇਸ਼ਨ ਤੇ ਜਾ ਕੇ ਇੱਥੇ ਅਸੀਂ ਐਪਲੀਕੇਸ਼ਨ ਤੇ ਕਲਿੱਕ ਕਰਕੇ ਆਨਲਾਈਨ ਐਪਲੀਕੇਸ਼ਨ ਆ ਜਾਊਗੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਦੇਖੋ ਇਹ ਇੱਥੇ ਇਹਨਾਂ ਨੇ 13 ਇਨਸਟਰਕਸ਼ਨ ਦੇ ਰੱਖੇ ਆ ਤੁਸੀਂ ਤੁਸੀਂ ਨਹੀਂ ਪੜ੍ਹਨੀ ਆ ਜਿਹੜੀਆਂ ਇੰਪੋਰਟੈਂਟ ਹੈਗੀਆਂ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲੀ ਕਿ ਇਹਦੇ ਵਿੱਚ ਫੋਟੋ ਸਿਗਨੇਚਰ 10ਵੀਂ ਦਾ ਸਟੈਂਡਰਡ ਦਾ ਸਰਟੀਫਿਕੇਟ ਤੇ ਕੁਆਲੀਫਾਈਇੰਗ ਮਾਰਕਸ ਮੀਨ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਜਿਹੜੇ ਅਪਲੋਡ ਹੋਣੇ ਹੁਣ 10th ਸਟੈਂਡਰਡ ਦਾ ਪੰਜਾਬੀ ਮਾਰਕਸ ਦੇਖੋ 10th ਸਟੈਂਡਰਡ ਦਾ ਜਿਹੜਾ ਹੈ ਸਰਟੀਫਿਕੇਟ ਕਿਉਂ ਜਿਹੜਾ ਅਪਲੋਡ ਕੀਤਾ ਜਾ ਰਿਹਾ ਕਿ 10th ਤੁਸੀਂ ਪੰਜਾਬੀ ਕੀਤੀ ਹੈ ਕਿ ਨਹੀਂ ਕੀਤੀ ਹੈ ਇਹ ਉਹਦੇ ਵਾਸਤੇ ਕੁਆਲੀਫਿਕੇਸ਼ਨ ਵਾਸਤੇ ਨਹੀਂ ਹੈ ਇਟ ਮੀਨਸ ਕਿ ਤੁਸੀਂ ਜਿਹੜਾ ਅਗਰ ਕਿਸੇ ਨੇ ਐਡੀਸ਼ਨਲ ਕੀਤੀ ਹੈ ਬਾਅਦ ਚ ਕੀਤੀ ਹੈ ਤੁਸੀਂ ਉਹ ਵਾਲਾ ਸਰਟੀਫਿਕੇਟ ਜਿਹੜਾ ਅਪਲੋਡ ਕਰਦੇ ਹੋ ਸੋ ਥੈਟ ਕਿ ਉਹਦੇ 10th ਤੁਸੀਂ ਪੰਜਾਬੀ ਕੀਤੀ ਹੈ ਕਿ ਨਹੀਂ ਕੀਤੀ ਹੈ ਪਤਾ ਚੱਲ ਜਾਊਗਾ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਸ ਵਾਸਤੇ ਮੈਂ ਵੀਡੀਓ ਬਣਾਇਆ ਹੈ ਨੇਮ ਫਾਦਰ ਨੇਮ ਡੇਟ ਆਫ ਬਰਥ ਤੇ categories ਇਹ ਬਿਲਕੁਲ ਨਹੀਂ ਚੇਂਜ ਹੋਣੀ ਇੱਕ ਵਾਰੀ ਫਾਰਮ ਭਰਨ ਤੋਂ ਬਾਅਦ ਤੁਸੀਂ ਸੇਵ অপਸ਼ਨ ਦਬਾਤੀ ਸੇਵ ਕਰਨ ਤੋਂ ਬਾਅਦ ਤੁਸੀਂ ਵਾਪਿਸ ਜਾਓਗੇ ਤਾਂ ਬਾਕੀ ਚੀਜ਼ਾਂ ਦਾ ਸਾਰੀਆਂ ਚੇਂजेस ਹੋ ਜਾਣਗੀਆਂ ਬਾਕੀ ਸਾਰੀਆਂ ਚੀਜ਼ਾਂ ਚ ਲੇਕਿਨ ਇਹ ਨੇਮ ਫਾਦਰ ਨੇਮ ਡੇਟ ਆਫ ਬਰਥ ਤੇ categories ਚ ਇਹ ਕੋਈ ਵੀ ਕਿਸੇ ਵੀ ਤਰੀਕੇ ਨਾਲ ਕੋਈ ਚਾਂਸ ਨਾ ਲਿਓ ਇਹਨੂੰ ਚਾਰ ਵਾਰੀ ਜਿਹੜਾ ਕ੍ਰੋਸ ਚੈੱਕ ਕਰ ਲਿਓ ਕ੍ਰੋਸ ਵੈਰੀਫਾਈ ਕਰ ਲਿਓ ਫਿਰ ਹੀ ਤੁਸੀਂ ਅੱਗੇ ਸੇਵ ਦਾ ਬਟਨ ਦਬਾਇਓ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੀਜੇ ਦਿਨ ਜਾ ਕੇ ਮੀਨਜ਼ ਅਗਰ ਅੱਜ ਅਗਰ ਤੁਸੀਂ ਫਾਰਮ ਭਰ ਰਹੇ ਹੋ ਤੀਜੇ ਦਿਨ ਜਾ ਕੇ ਜਿਹੜੀ ਹੈ ਉਹ ਤੁਹਾਨੂੰ ਦਿਖੂਗਾ ਜਿਹੜੀ ਆਪਣਾ ਔਨਲਾਈਨ ਜਿਹੜੀ ਹੈ ਤੁਸੀਂ ਆਪਣੀ ਫੀ ਪੇ ਕਰਨੀ ਉਹਦਾ ਲਿੰਕ ਤੀਜੇ ਦਿਨ ਜਨਰੇਟ ਹੋਊਗਾ ਪਹਿਲੇ 2 ਦਿਨ ਨਹੀਂ ਹੋਊਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਫੀ ਡਿਪੋਜ਼ਿਟ ਕਰਨ ਤੋਂ ਬਾਅਦ ਇੱਕ ਵਾਰੀ ਪ੍ਰਿੰਟ ਆਊਟ ਲੈ ਕੇ ਰੱਖਣਾ ਕਿਉਂਕਿ ਫਿਊਚਰ 'ਚ ਜਿਹੜਾ ਹੈ ਤੁਹਾਨੂੰ ਫਿਊਚਰ ਰੈਫਰੈਂਸ ਵਾਸਤੇ ਇਸ ਪ੍ਰਿੰਟ ਆਊਟ ਦੀ ਲੋੜ ਪੈ ਸਕਦੀ ਹੈ ਜਦੋਂ ਤੁਸੀਂ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਜਾਓਗੇ ਤੇ ਇਹ ਜ਼ਰੂਰ ਪ੍ਰਿੰਟ ਆਊਟ ਲੈ ਕੇ ਰੱਖ ਲ ਅੱਛਾ ਇੱਕ ਇੰਪੋਰਟੈਂਟ ਇਹ ਪਤਾ ਨਹੀਂ ਥੋੜਾ ਦੇਖੋ ਮੈਨੂੰ ਵੀ ਚੰਗਾ ਨਹੀਂ ਲੱਗਿਆ ਜਿਹੜੀ 10ਵਾਂ ਪੁਆਇੰਟ ਹੈਗਾ ਕਿ ਕਹਿੰਦੇ ਕੋਈ ਟੈਕਨੀਕਲ ਰੀਜ਼ਨ ਵਾਸਤੇ ਦੇਖੋ ਸਾਈਡ ਤੇ ਵੀ ਤਾਂ ਪ੍ਰੋਬਲਮ ਹੋ ਸਕਦੀ ਹੈ ਕੋਈ ਟੈਕਨੀਕਲ ਰੀਜ਼ਨ ਚ ਤੁਹਾਡੀ ਫੀਸ ਅਗਰ ਨਹੀਂ ਜਮਾ ਹੁੰਦੀ ਹੈ ਤਾਂ ਤੁਹਾਡਾ ਫਾਰਮ ਜਿਹੜਾ ਉਹ ਐਪਲੀਕੇਸ਼ਨ ਜਿਹੜੀ ਹੈ ਉਹ ਰਿਜੈਕਟ ਕਰ ਦਿੱਤੀ ਜਾਊਗੀ ਸ਼ੈਲ ਨਾਟ ਬੀ ਕਨਸੀਡਰਡ ਹਾਂ ਹਾਲਾਂਕਿ ਉਹਨਾਂ ਨੇ ਥੋੜਾ ਇੱਕ ਹੈਲਪਲਾਈਨ ਨੰਬਰ ਜਿਹੜੀ ਹੈ ਹੈਲਪਲਾਈਨ ਈਮੇਲ ਤੇ ਫੋਨ ਨੰਬਰ ਵੀ ਦੇ ਰੱਖੇ ਹੈ 10 ਤੋਂ 4 ਜਿਹੜੀ ਆਪਣਾ 01722298000 ਤੁਸੀਂ ਇਹਨਾਂ ਤੇ ਕਾਲ ਕਰਕੇ ਵੀ ਸਰ ਸਾਡੀ ਫੀਸ ਨਹੀਂ ਜਮਾ ਹੋ ਰਹੀ ਹੈ ਸਬਮਿਟ ਹੋਣ ਤੋਂ ਬਾਅਦ ਜਿਹੜਾ ਕੁਝ ਆਇਆ ਹੀ ਨਹੀਂ ਬਲੈਂਕ ਹੀ ਆ ਗਿਆ ਬਟ ਚਲੋ ਇਹ ਦੇ ਵਾਸਤੇ ਤੁਸੀਂ ਮੇਲ ਦੀ অপਸ਼ਨ ਹੈਗੀ ਪਰ ਇਹਨਾਂ ਨੇ ਕਿਹਾ ਕਿ ਟੈਕਨੀਕਲ ਰੀਜ਼ਨ ਵਾਸਤੇ ਜੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਤੁਹਾਡੀ ਅਗਰ ਰਿਜੈਕਟ ਹੁੰਦੀ ਹੈ ਮੀਨਸ ਤੁਹਾਡੀ ਫੀਸ ਜਿਹੜੀ ਹੈ ਜਮਾ ਨਹੀਂ ਹੁੰਦੀ ਹੈ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਰਿਜੈਕਟ ਮੰਨੀ ਜਾਊਗੀ ਤਾਂ ਇਸ ਕਰਕੇ ਨੇਮ ਫਾਦਰ ਨੇਮ ਡੇਟ ਆਫ ਬਰਥ ਤੇ ਕੈਟਾਗਰੀ ਇਹ ਇੰਪੋਰਟੈਂਟ ਹੈਗੀ ਹੈ ਤੇ ਜਿਹੜੀਆਂ ਫੋਟੋ ਸਿਗਨੇਚਰ 10th ਪੰਜਾਬੀ ਮਾਰਕਸ ਤੇ ਕੁਆਲੀਫਾਈਇੰਗ ਮਾਰਕਸ ਇਹ 100 ਕੇਵੀ ਤੋਂ ਥੱਲੇ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਠੀਕ ਹੈ ਜੀ ਚਲੋ ਹੁਣ ਅੱਗੇ ਚੱਲੀਏ ਕਿ ਫਾਰਮ ਕਿਵੇਂ ਫਿਲ ਕਰਨਾ ਹੈ ਜਿਵੇਂ ਤੁਸੀਂ ਕਲਿੱਕ ਕਰੋਗੇ ਸਭ ਤੋਂ ਪਹਿਲੇ ਤੁਸੀਂ ਨਿਊ ਰਜਿਸਟ੍ਰੇਸ਼ਨ ਤੇ ਜਾਣਾ ਹੈ ਇਹਦੇ ਤੇ ਅਪਲੋਡ ਫੋਟੋ ਸਿਗਨੇਚਰ ਤੇ ਨਹੀਂ ਜਾਣਾ ਸਭ ਤੋਂ ਪਹਿਲੇ ਤੁਸੀਂ ਇਹ ਇਨਸਟਰਕਸ਼ਨ ਤੋਂ ਥੱਲੇ ਦੇਖੋਗੇ ਨਿਊ ਰਜਿਸਟ੍ਰੇਸ਼ਨ ਨਿਊ ਰਜਿਸਟ੍ਰੇਸ਼ਨ ਤੇ ਜਾਣਾ ਹੈ ਰਜਿਸਟ੍ਰੇਸ਼ਨ ਤੇ ਜਾਣ ਤੋਂ ਬਾਅਦ ਪਹਿਲੇ ਪ੍ਰੈਫਰ ਕਿਉਂਕਿ ਚਾਰ ਪੋਸਟ ਹੈਗੀਆਂ ਤੁਸੀਂ ਪ੍ਰੈਫਰੈਂਸ ਦੇਣੀ ਹੈ ਪ੍ਰੈਫਰੈਂਸ 1 2 3 4 ਮੈਂ ਜਿਵੇਂ ਕਿ ਕਿ ਲਾ ਜ਼ਿਆਦਾ ਪੋਸਟਾ ਪਟਵਾਰੀ ਰੈਵਨਿਊ ਦੀ ਹੈਗੇ ਮੈਂ ਪਹਿਲੀ ਪ੍ਰੀਫਰੈਂਸ ਇਹਨੂੰ ਦੇ ਦਿੱਤੀ ਤੋ ਅਗਲੀਆਂ ਵਾਲੀਆਂ ਤਿੰਨ ਤੁਸੀਂ ਕੋਈ ਵੀ ਚੇਂਜਸ ਕਰ ਸਕਦੇ ਹੋ ਉਸ ਤੋਂ ਬਾਅਦ ਦੇਖੋ ਜਿਨ੍ਹਾਂ ਤੇ ਰੈੱਡ ਰੱਖਿਆ ਤੁਸੀਂ ਨਹੀਂ ਵੀ ਪ੍ਰੀਫਰੈਂਸ ਭਰਨਾ ਚਾਹੁੰਦੇ ਹੋ ਅਲੱਗ-ਅਲੱਗ ਫਾਰਮ ਨਹੀਂ ਭਰਨੇ ਪੈਣੇ ਆ ਤੁਸੀਂ ਨਹੀਂ ਵੀ ਪ੍ਰੀਫਰੈਂਸ ਭਰਨਾ ਚਾਹੁੰਦੇ ਕੋਈ ਪ੍ਰੋਬਲਮ ਨਹੀਂ ਹੈ 2 3 4 ਤੁਸੀਂ ਚਾਹੇ ਇੱਕੋ ਪ੍ਰੀਫਰੈਂਸ ਭਰ ਦੋ ਉਸ ਤੋਂ ਬਾਅਦ ਐਪਲੀਕੇਸ਼ਨ ਨੇਮ ਦੇਖੋ ਜਿਨ੍ਹਾਂ ਦੇ ਅੱਗੇ ਰੈੱਡ ਲੱਗਿਆ ਨੇ ਤਾਂ ਭਰਨੇ ਹੀ ਪੈਣੇ ਤੁਹਾਨੂੰ ਨੇਮ ਭਰਤਾ ਧਿਆਨ ਨਾਲ ਫਾਦਰ ਨੇਮ ਭਰਤਾ ਧਿਆਨ ਨਾਲ ਮਦਰ ਨੇਮ ਤਾਂ ਫੇਰ ਵੀ ਬਾਦ ਚੇਂਜਸ ਹੋ ਜਾਣਗੇ ਇਹਨਾਂ ਦੋਨਾਂ ਚੇਂਜ ਨਹੀਂ ਹੋਣੀਆਂ ਉਸ ਤੋਂ ਬਾਅਦ ਜੈਂਡਰ ਆ ਗਿਆ ਤੁਹਾਡਾ ਮੇਲ ਫੀਮੇਲ ਜਿਹੜਾ ਐਰੋ ਲੱਗਿਆ ਹੁੰਦਾ ਡਾਊਨ ਵਾਲਾ ਇਹਦੇ ਤੋਂ ਤੁਸੀਂ ਮੇਲ ਫੀਮੇਲ ਚੇਂਜ ਕਰ ਸਕਦੇ ਹੋ ਮੈਰਿਟਲ ਸਟੇਟਸ ਜਿਹੜਾ ਤੁਸੀਂ ਸਿੰਗਲ ਮੈਰਿਡ ਜੋ ਵੀ ਹੈਗਾ ਡੋਮਿਸਾਈਲ ਤੁਸੀਂ ਪੰਜਾਬ ਹਿਮਾਚਲ ਜੋ ਵੀ ਤੁਸੀਂ ਇਹ ਭਰ ਰਹੇ ਹੋ ਕਿਉਂਕਿ ਡੋਮਿਸਾਈਲ ਤੁਹਾਡੀ ਕਿਸੇ ਦੂਜੀ ਸਟੇਟ ਦਾ ਵੀ ਹੋ ਸਕਦਾ ਟੈਂਸ ਪੰਜਾਬੀ ਜਿਹੜੀ ਹੈ ਉਹ ਹੀ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਕੈਟਾਗਰੀ ਭਰਨੀ ਤੁਸੀਂ 101 ਜਨਰਲ ਦੀ ਹੈਗੀ ਹੈ BC ਦੀ ਕਿਹੜੀ SC ਦੀ ਕਿਹੜੀ ਹੈਗੀ ਹੈ ਨੈਸ਼ਨੈਲਿਟੀ ਆਟੋਮੈਟਿਕਲੀ ਆ ਜਾਊ ਇਹ ਜਿਹੜੀ ਡੇਟ ਤੁਹਾਡੀ 1-1-2021 ਨੂੰ ਕਿੰਨੀ ਹੈ ਇਹ ਆਟੋਮੈਟਿਕਲੀ ਕੈਲਕੂਲੇਟ ਹੋ ਜਾਊਗੀ ਤੁਸੀਂ ਇਹਨੂੰ ਭਰਨ ਦੀ ਲੋੜ ਨਹੀਂ ਹੈਗੀ ਐ ਉਸ ਤੋਂ ਬਾਅਦ ਤੁਸੀਂ ਮੋਬਾਈਲ ਨੰਬਰ ਭਰਨਾ ਹੈ ਅਲਟਰਨੇਟ ਤੁਹਾਡੇ ਕੋਲ ਕੋਈ ਫੋਨ ਨੰਬਰ ਹੈਗਾ ਤਾਂ ਠੀਕ ਹੈ ਨਹੀਂ ਵੀ ਹੈਗਾ ਤਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਆਇਡੈਂਟੀਟੀ ਪ੍ਰੂਫ ਕਿਸ ਟਾਈਪ ਦਾ ਤੁਸੀਂ ਆਧਾਰ ਭਰ ਰਹੇ ਹੋ ਤੁਸੀਂ ਵੋਟਰ ਆਈਡੀ ਕਾਰਡ ਭਰ ਰਹੇ ਹੋ ਤੁਸੀਂ ਪਾਸਪੋਰਟ ਭਰ ਰਹੇ ਹੋ ਜਿਵੇਂ ਤੁਸੀਂ ਡੋਨਰ ਹੋ ਤਾਂ ਕਰੋਗੇ ਤੁਹਾਨੂੰ ਉਹ ਆ ਜਾਊਗਾ ਪਰ ਤੁਸੀਂ ਮੰਨ ਲਓ ਆਧਾਰ ਭਰਤਾ ਤੇ ਆਧਾਰ ਕਰਨ ਤੋਂ ਬਾਅਦ ਆਇਡੈਂਟੀਟੀ ਪ੍ਰੂਫ ਟਾਈਮ ਤੁਸੀਂ ਜਿੱਦਾਂ ਆਧਾਰ ਭਰਤਾ ਆਧਾਰ ਤੋਂ ਬਾਅਦ ਤੁਹਾਨੂੰ ਇੱਥੇ ਉਹਦਾ ਆਧਾਰ ਦਾ ਨੰਬਰ ਫਿਲ ਕਰਨਾ ਹੈ ਉਸ ਤੋਂ ਬਾਅਦ ਇੱਕ ਕ੍ਰਿਮੀਨਲ ਕੇਸ ਜਿਹੜੇ ਕਿਸੇ ਕੋਲ ਹੈਗਾ ਤਾਂ ਨੋ ਕਰ ਦਿਓ ਹੈਵ ਯੂ ਐਵਰ ਕਨਵਿਕਟਡ ਬਾਏ ਕ੍ਰਿਮੀਨਲ ਕੋਡ ਨੋ ਕਰ ਦਿਓ ਆਲਰੇਡੀ ਵਰਕਿੰਗ ਐਸ ਗਵਰਨਮੈਂਟ EMPLOYE ਅਗਰ ਤੁਸੀਂ ਇਹਨੂੰ ਯਸ ਕਰਦੇ ਹੋ ਤੇ ਡੇਟ ਆਫ ਜੁਆਇਨਿੰਗ ਵਗੈਰਾ ਤੁਹਾਨੂੰ ਭਰਨੀ ਪੈਣੀ ਹੈ ਸਰਵਿਸ ਦੀ ਡਿਟੇਲਸ ਭਰਨੀਆਂ ਪੈਣੀਆਂ ਤੁਹਾਨੂੰ ਕੋਈ ਤੁਹਾਡਾ ਕੋਈ ਕੰਟਰੈਕਟ ਤਾਂ ਨਹੀਂ ਹੈਗਾ ਕਿ ਤੁਸੀਂ ਰੈਗੂਲਰ ਹੋ ਜਾਂ ਕੰਟਰੈਕਚੁਅਲ ਹੋ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਇਨਫੋਰਮ ਕੀਤਾ ਕਿ ਨਹੀਂ ਕੀਤਾ ਯਸ ਨੋ ਕਰਨੀ ਇੱਥੇ ਤੁਸੀਂ ਕੋਈ ਗਵਰਨਮੈਂਟ ਸਰਵਿਸ ਤੋਂ ਡਿਸਮਿਸ ਤਾਂ ਨਹੀਂ ਹੋਏ ਯਸ ਨੋ ਕਰਨੀ ਇਹਨੂੰ ਆ ਇੱਕ ਸਭ ਤੋਂ ਇੰਪੋਰਟੈਂ ਪਾਸਟ ਪੰਜਾਬੀ ਇਨ 10th ਲੈਵਲ অর ਇਕੁਇਲੈਂਟ ਇਹਨੂੰ ਤੁਸੀਂ ਯੱਸ ਕਰਨਾ ਹੈ ਇਹ ਧਿਆਨ ਰੱਖੇ ਇਹਨੂੰ ਯੱਸ ਕਰਨਾ ਹੈ ਇਸ ਤੋਂ ਬਾਅਦ ਯੱਸ ਕਰਨ ਤੋਂ ਬਾਅਦ ਤੁਸੀਂ ਨੈਕਸਟ ਜਾਓਗੇ ਤੇ ਨੈਕਸਟ ਆਊਗਾ ਸਟੂਡੈਂਟਸ ਐਡਰਸ ਭਰਨ ਦੀ ਇੱਥੇ ਤੁਸੀਂ ਕੰਪਲੀਟ ਹਾਊਸ ਨੰਬਰ ਜੋ ਵੀ ਤੁਸੀਂ ਤੁਹਾਡੀ ਗਲੀ ਵਗੈਰਾ ਜੋ ਵੀ ਵਿਲੇਜ ਹੈਗਾ ਠੀਕ ਹੈ ਉਸ ਡਿਸਟ੍ਰਿਕਟ ਵਗੈਰਾ ਸਾਰੀ ਭਰ ਦੇਣੀ ਹੈ ਉਸ ਤੋਂ ਬਾਅਦ ਇਥੇ ਵੀ ਪਾ ਸਕਦੇ ਤੁਸੀਂ ਡਿਸਟ੍ਰਿਕਟ ਸਟੇਟ ਆ ਗਈ ਤੁਹਾਡੀ ਪੰਜਾਬ ਆ ਗਈ ਹੈ ਦੂਜੀ ਆ ਗਈ ਡਿਸਟ੍ਰਿਕਟ ਇਥੇ ਤੁਸੀਂ ਚੂਜ਼ ਕਰਨੀ ਹੈ ਇਥੇ ਸਟੇਟ ਵੀ ਤੁਸੀਂ ਇਥੇ ਚੂਜ਼ ਕਰਨੀ ਹੈ ਪਿੰਨ ਕੋਡ ਤੁਸੀਂ ਮੈਨੂਲੀ ਭਰਨਾ ਹੈ ਹਾਂ ਹੁਣ ਤੁਹਾਡੇ ਐਡਰੈਸ ਜਿਹੜੇ ਪਰਮਨੈਂਟ ਤੇ ਕੋਰਸਪੋਨਡੈਂਸ ਦਾ ਅਗਰ ਦੋਨੋਂ ਸੇਮ ਹੈਗੇ ਦੋਨੋਂ ਅਗਰ ਤਾਂ ਅਲੱਗ-ਅਲੱਗ ਹੈਗੇ ਫਿਰ ਤਾਂ ਤੁਹਾਨੂੰ ਇਹ ਵੀ ਭਰਨਾ ਪੈਣਾ ਹੈ ਅਗਰ ਦੋਨੋਂ ਸੇਮ ਹੈਗੇ ਤਾਂ ਤੁਸੀਂ ਇਸ ਬਾਕਸ 'ਚ ਟਿਕ ਕਰੋਗੇ ਤਾਂ ਇਹ ਵਾਲਾ ਐਡਰੈਸ ਆਟੋਮੈਟਿਕਲੀ ਇੱਥੇ ਕਾਪੀ ਹੋ ਜਾਊਗਾ ਠੀਕ ਹੈ ਜੀ ਚੱਲੀਏ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਦੀ ਜਿਹੜੀ ਤੁਸੀਂ ਡਿਟੇਲ ਭਰਨੀ ਹੈ ਐਗਜ਼ਾਮੀਨੇਸ਼ਨ 10ਵੀਂ ਆ ਗਿਆ 12ਵੀਂ ਆ ਗਿਆ ਗ੍ਰੈਜੂਏਸ਼ਨ ਆ ਗਿਆ ਜੀ ਮੰਨ ਲਓ ਗ੍ਰੈਜੂਏਸ਼ਨ 'ਚ ਕਿਸੇ ਨੇ ਬੀਕਾਮ ਕੀਤੀ ਹੈ ਤਾਂ ਬੀਕਾਮ ਭਰ ਦੇਣਾ ਕਿਸੇ ਨੇ ਬੀਟੈਕ ਕੀਤੀ ਹੈ ਬੀਟੈਕ ਭਰ ਦੇਣਾ ਏਅਰ ਉਹ ਪਾਸਿੰਗ ਕਦੋਂ ਤੁਸੀਂ ਪਾਸ ਕੀਤਾ ਕਿਹੜੇ ਬੋਰਡ ਜਾਂ ਯੂਨੀਵਰਸਿਟੀ ਦਾ ਤੁਸੀਂ ਪਾਸ ਕੀਤਾ ਮਾਰਕਸ ਕਿੰਨੇ ਆਏ ਤੁਹਾਡੇ ਟੋਟਲ ਮਾਰਕਸ ਮੰਨ ਲਓ ਮੇਰੇ 500 ਆਏ ਟੋਟਲ ਮਾਰਕਸ ਮੇਰੇ ਜਿਹੜੇ ਸੀਗੇ 1000 ਸੀਗੇ ਤੇ ਇਹ ਆਟੋਮੈਟਿਕਲੀ ਕੈਲਕੂਲੇਟ ਹੋ ਜਾਊਗਾ ਤੁਹਾਡੀ ਪਰਸੈਂਟੇਜ ਕਿੰਨੀ ਹੈ ਹੁਣ ਕਈ ਸਟੂਡੈਂਟ ਹੈਗੇ ਜਿਨ੍ਹਾਂ ਨੇ CGPA ਕੀਤੀ ਹੁੰਦੀ ਹੈ ਜਿਨ੍ਹਾਂ ਦੇ ਮਾਰਕਸ CGPA ਚ ਆਉਂਦੇ ਪਰਸੈਂਟੇਜ ਨਹੀਂ ਆਉਂਦੇ ਉਹ Google ਕਰੋ Google ਚ ਤੁਸੀਂ CGPA ਆਪਣਾ ਲਿਖੋ ਕਿਹੜਾ ਤੁਹਾਡਾ ਮੰਨ ਲਓ 90 ਜੋ ਵੀ ਤੁਹਾਡਾ CGPA ਹੈ ਉਹ Google ਤੁਹਾਨੂੰ ਕੈਲਕੂਲੇਟ ਕਰਕੇ ਪਰਸੈਂਟੇਜ ਦੱਸ ਦਿੰਦਾ ਹੈ ਕਿ ਤੁਹਾਡੀ ਕਿੰਨੀ ਪਰਸੈਂਟੇਜ ਹੈ ਇਕੁਇਵਲੈਂਟ ਕੁਝ ਫਾਰਮੂਲਾ ਹੁੰਦਾ ਹੈ ਉਹ ਤੁਹਾਨੂੰ Google ਚ ਮਿਲ ਜਾਊਗਾ ਉਸ ਤੋਂ ਆ ਡਿਗਰੀ ਤੁਸੀਂ ਰੈਗੂਲਰ ਕੀਤੀ ਹੈ ਪ੍ਰਾਈਵੇਟ ਕੀਤੀ ਹੈ ਕੋਰਸਪੋਂਡੈਂਸ ਕੀਤੀ ਹੈ ਇਹ ਡਾਊਨ ਆ ਰਿਹਾ ਤਾਂ ਤੁਹਾਨੂੰ ਸਾਰੇ ਪਤਾ ਚੱਲ ਜਾਣਗੇ ਚਲੋ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਡਿਟੇਲ ਵੀ ਭਰਤੀ ਹੁਣ ਉਸ ਤੋਂ ਬਾਅਦ ਕੀ ਕਰਨਾ ਹੈ ਇੱਥੇ ਜ਼ਰੂਰ ਟਿਕ ਕਰ टिक ਨਹੀਂ ਕਰੋਗੇ ਇਹਨੂੰ ਤੇ ਸਬਮਿਟ ਨਹੀਂ ਹੋਊਗਾ ਟਿਕ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣਾ ਨਾਮ ਭਰ ਦੇਣਾ ਹੈ ਨਾਮ ਭਰਨ ਤੋਂ ਬਾਅਦ ਇਹ ਡੇਟ ਸਨ ਆਫ ਯਰ ਡਾਟਰ ਆਫ ਇਹ ਆਟੋਮੈਟਿਕਲੀ ਆ ਜਾਊਗਾ ਇਹ ਕੁਝ ਇਹਨਾਂ ਨੇ ਕੰਡੀਸ਼ਨ ਲਿਖੀਆਂ ਹੋਈਆਂ ਹਾਂਜੀ ਇਹ ਤਾਂ ਪੜਨ ਦੀ ਲੋੜ ਵੀ ਨਹੀਂ ਹੁੰਦੀ ਜ਼ਿਆਦਾ ਉਸ ਤੋਂ ਬਾਅਦ ਤੁਸੀਂ ਕਰਨਾ ਸੇਵ ਹੁਣ ਧਿਆਨ ਨਾਲ ਸੁਣ ਲਓ ਇੱਕ ਵਾਰੀ ਮੈਂ ਫੇਰ ਕਹਿ ਰਿਹਾ ਫਿਰ ਬਾਅਦ ਚ ਨਾ ਕਹੋ ਕਿ ਜਿਹੜੇ ਜੀ ਡੇਟ ਛਾਣੇ ਬਣਨ ਦੀ ਕੋਸ਼ਿਸ਼ ਨਾ ਕਰੋ ਕਿ ਹਾਂਜੀ ਇਸ ਤਾਂ ਸੇਵ ਕੀਤਾ ਨਹੀਂ ਜੀ ਅਸਲ ਹਸ ਤਾਂ ਬਹੁਤ ਇੰਟੈਲੀਜੈਂਟ ਆ ਸੀ ਆਪਣੇ ਆਪ ਹੀ ਕਰ ਲਾਂਗੇ ਜੀ ਉਹ ਕਈ ਵਾਰੀ ਗਲਤੀ ਹੋ ਜਾਂਦੀ ਹੈ ਇਨਸਾਨ ਗਲਤੀ ਦਾ ਪੁੱਤਲਾ ਹੈ ਵੱਡੇ ਵੱਡੇ ਇੰਟੈਲੀਜੈਂਟਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਇਸ ਕਰਕੇ ਗਲਤੀ ਨਹੀਂ ਕਰਨੀ ਹੈ ਨਹੀਂ ਤਾਂ ਫਿਰ ਬਾਅਦ ਵਿੱਚ ਤੁਸੀਂ ਤਿਆਰੀ ਜਿੰਨੀ ਮਰਜ਼ੀ ਕਰੀ ਜਾਓ ਫਾਰਮ ਹੀ ਗਲਤ ਭਰਤਾ ਫਿਰ ਕੂ ਦਾ ਫਾਇਦਾ ਕੀ ਹੈ ਸੇਵ ਕਰਨ ਤੋਂ ਪਹਿਲੇ ਇੱਕ ਵਾਰੀ ਪਿੱਛੇ ਜਾ ਕੇ ਦੁਆਰਾ ਤੋਂ ਉੱਪਰ ਮਤਲਬ ਫਾਰਮ ਦੇ ਉੱਤੇ ਨੇਮ ਫਾਦਰ ਨੇਮ ਡੇਟ ਆਫ ਬਰਥ ਤੇ ਕੈਟਾਗਰੀ ਇਹ ਚਾਰੋਂ ਦੁਆਰਾ ਤੋਂ ਕਰਾਸ ਵੈਰੀਫਾਈ ਕਰ ਲੈਣੀ ਹੈ ਤੁਹਾਨੂੰ ਮੈਂ ਫੇਰ ਕਹਿ ਰਿਹਾ ਚਾਰੋਂ ਕਰਾਸ ਵੈਰੀਫਾਈ ਕਰ ਲੈਣੀ ਹੈ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਹਾਂ ਜੀ ਇਹ ਚਾਰੋਂ ਠੀਕ ਹੈਗੀਆਂ ਬਾਕੀ ਚਲੋ ਗਲਤ ਵੀ ਭਰ ਦੋ ਕੋਈ ਨਹੀਂ ਇੱਕ ਵਾਰੀ ਫੇਰ ਆਪਸ਼ਨ ਆਊਗੀ ਤੁਹਾਨੂੰ ਐਡਿਟ ਕਰਨ ਦੀ ਹਾਂਜੀ ਉਸ ਤੋਂ ਬਾਅਦ ਤੁਸੀਂ ਕਰ ਲਿਆ ਸੇਵ ਸੇਵ ਕਰਨ ਤੋਂ ਬਾਅਦ ਉਹ ਬੋਲੂਗਾ ਹਾਂਜੀ ਇਮੇਜ ਸਿਗਨੇਚਰ ਸਾਈਨ ਮਤਲਬ ਯੂਜ਼ਰ ਇਮੇਜ ਮਤਲਬ ਤੁਹਾਡੀ ਫੋਟੋ ਤੁਹਾਡੇ ਸਾਈਨ ਦਸਵੀਂ ਦੀ ਮਾਰਕ ਸ਼ੀਟ ਕੁਆਲੀਫਿਕੇਸ਼ਨ ਦੀ ਮਾਰਕਸ਼ੀਟ ਇਹ ਸਾਰੀਆਂ ਤੁਸੀਂ ਕੀ ਕਰਨੀਆਂ ਐ ਅਪਲੋਡ ਕਰਨੀਆਂ 100kb ਤੋਂ ਥੱਲੇ ਜਪੀਜੀ ਪੀਐਨਜੀ ਜੀਏ ਫਾਰਮੈਟ ਚ ਉਸ ਤੋਂ ਬਾਅਦ ਤੁਸੀਂ ਅਪਲੋਡ ਦਾ ਬਟਨ ਦਵਾ ਦੇਣਾ ਐ ਇਹ ਆਲਰੇਡੀ ਪਹਿਲੇ ਤੁਸੀਂ ਆਪਣੇ ਕੰਪਿਊਟਰ ਚ ਸੇਵ ਕਰਕੇ ਰੱਖਣੀ ਐ ਉਸ ਤੋਂ ਬਾਅਦ ਇਹ ਕਹ ਦੂਗਾ ਹਾਂਜੀ ਸਬਮਿਟ ਐਪਲੀਕੇਸ਼ਨ ਫਾਰਮ ਪੁੱਛੂਗਾ ਹਾਂਜੀ ਸਬਮਿਟ ਕਰ ਦਈਏ ਇਹ ਕਹੂਗਾ ਇਹਦੇ ਤੁਹਾਡੇ ਨਾਲ ਇੱਕ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋ ਜਾਊਗਾ ਇਹ ਰਜਿਸਟ੍ਰੇਸ਼ਨ ਨੰਬਰ ਤੁਸੀਂ ਲਿਖ ਕੇ ਵੀ ਰੱਖ ਲੈਣਾ ਕਿਤੇ ਸੰਭਾਲ ਕੇ ਵੀ ਰੱਖ ਲੈਣਾ ਸ਼ਾਇਦ ਮੇਲ ਵੀ ਆ ਜਾਊਗੀ ਇਨੇ ਕਹਤਾ ਇੱਕ ਵਾਰੀ ਤੁਸੀਂ ਕਹਿੰਦੇ ਸਬਮਿਟ ਹੁਣ ਤਾਂ ਵੈਸੇ ਵੀ ਤੁਸੀਂ ਸੇਵ ਕਰ ਚੁੱਕੇ ਹੋ ਨਾ ਤੇ ਚੇਂਜ ਹੋਣੀ ਨਹੀਂ ਐ ਇੱਕ ਵਾਰੀ ਤੁਸੀਂ ਵੈਰੀਫਾਈ ਕਰਨ ਐਡਿਟ ਜਾਂ ਸਬਮਿਟ ਦਾ ਬਟਨ ਦਬਾਓ ਤੇ ਮੈਂ ਜਿੱਦਾਂ ਮੰਨ ਲਓ ਇਹ ਵਾਲਾ ਬਟਨ ਸਾਰਾ ਦਬਾਤਾ ਇਕੱਠਾ ਹੀ ਆਈ ਕੋਈ ਮਤਲਬ ਅਲੱਗ-ਅਲੱਗ ਨਹੀਂ ਹੈਗੇ ਜਿੱਦਾਂ ਮੈਂ ਇਹ ਦਬਾਇਆ ਇੱਥੇ ਫੇਰ ਆ ਗਿਆ ਤੇ ਤੁਸੀਂ ਫੇਰ ਟਿਕ ਕਰਨਾ ਹੈ ਪੂਰਾ ਫਾਰਮ ਦੁਬਾਰਾ ਤੋਂ ਖੁੱਲ ਜਾਊਗਾ ਨੇਮ ਫਾਦਰ ਨੇਮ ਡੇਟ ਆਫ ਬਰਥ ਤੇ ਕੈਟਾਗਰੀ ਹੁਣ ਨਹੀਂ ਚੇਂਜ ਹੋਣਗੇ ਲੇਕਿਨ ਫਾਰਮ 'ਚ ਅਗਰ ਤੁਹਾਨੂੰ ਲੱਗਦਾ ਕਿ ਕੋਈ ਗਲਤੀ ਫੇਰ ਵੀ ਰਹਿ ਗਈ ਹੈ ਤੁਸੀਂ ਇੱਕ ਵਾਰੀ ਫੇਰ ਕਰਾਸ ਚੈੱਕ ਕਰ ਇਨੂੰ ਭਰੋ ਇਹਨੂੰ ਟਿਕ ਕਰੋ ਤੇ ਹੁਣ ਕਰ ਦੋ ਬਟਨ ਸਬਮਿਟ ਦਾ ਪ੍ਰੈਸ ਹਾਂਜੀ ਸਬਮਿਟ ਕਰਤਾ ਉਸ ਤੋਂ ਬਾਅਦ ਆ ਜਾਊਗਾ ਹਾਂਜੀ ਪੁੱਛੂਗਾ ਤੁਹਾਨੂੰ ਇੱਕ ਵਾਰੀ ਫੇਰ ਵੀ ਕੰਪਿਊਟਰ ਆਇਆ ਕਿ ਵੀ ਤਾਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ ਹੋ ਵੀ ਹਾਂਜੀ ਤੁਸੀਂ ਚੈੱਕ ਕਰ ਲਿਆ ਦੁਆਰ ਤੋਂ ਹਾਂਜੀ ਚੈੱਕ ਕਰ ਲਿਆ ਜੀ ਕਹਿੰਦਾ ਹਾਂਜੀ ਤੁਸੀਂ ਪ੍ਰੋਪਰ ਚੈੱਕ ਕਰ ਲਿਆ ਹਾਂਜੀ ਮੈਂ ਕਹਾਂਗਾ ਜੀ ਹਾਂਜੀ ਕਰ ਲਿਆ ਤੇ ਦਬਾ ਦਿਓ ਓਕੇ ਦਾ ਬਟਨ ਓਕੇ ਦਾ ਬਟਨ ਦਬਾਤਾ ਉਹ ਕਹੂਗਾ ਜੀ ਹਾਂਜੀ ਤੁਹਾਡਾ ਇਹ ਰਜਿਸਟ੍ਰੇਸ਼ਨ ਨੰਬਰ ਹੈ ਜੀ ਪਲੀਜ਼ ਲੌਗ ਇਨ ਔਨ 3rd ਡੇ ਹੁਣ ਤੀਜੇ ਦਿਨ ਆਇਓ ਤੁਸੀਂ ਲੇਕਿਨ ਕਈ ਹੁਣ ਡੇਢ ਛਾਣੇ ਜਿਹੜੇ ਜਿਹੜੇ ਚਲਾਕ ਹੁੰਦੇ ਆ ਬੜੇ ਮਤਲਬ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਆ ਉਹ ਕਹਿੰਦੇ ਨਹੀਂ ਅਸੀਂ ਤਾਂ ਕੱਲ ਹੀ ਆਣਾ ਹੈ ਮਤਲਬ ਕੋਈ ਆਜੋ ਕੱਲ ਆਜਣੇ ਆ ਮੈਂ ਹੁਣ ਚਲੋ ਜੀ ਕੱਲ ਆਗੇ ਜਦੋਂ ਹੁਣ ਤੁਸੀਂ 2 ਦਿਨ ਬਾਅਦ ਆਣਾ ਵੈਸੇ ਤਾਂ 2 ਦਿਨ ਬਾਅਦ ਆਓਗੇ ਤਮੀ ਇਹ ਪ੍ਰੋਸੀਜਰ ਹੈ ਤੁਸੀਂ ਕੱਲ ਵੀ ਆ ਜਾਓਗੇ ਤਾਂ ਕੱਲ ਤੋਂ ਅਗਰ ਤੁਸੀਂ ਕੱਲ ਆ ਜਾਣੇ ਹੋ ਤਾਂ ਕਿ ਉਹ ਕਹੂਗਾ ਤੁਹਾਨੂੰ 2 ਦਿਨ ਬਾਅਦ ਤੁਸੀਂ ਆਗੇ ਤੇ ਤੁਸੀਂ ਹੁਣ ਉੱਥੇ ਸਟਾਰਟਿੰਗ 'ਚ ਨਹੀਂ ਜਾਣਾ ਇਹਦੇ ਤੇ ਕਲਿੱਕ ਕਰਨਾ ਹੈ ਉਹ ਤੁਹਾਨੂੰ ਪੁੱਛੂਗਾ ਆਰ ਯੂ ਆਲਰੇਡੀ ਰਜਿਸਟਰਡ ਮੈਂ ਬੋਲੂਗਾ ਜੀ ਹਾਂਜੀ ਓਕੇ ਜੀ ਮੈਂ ਰਜਿਸਟਰਡ ਹੈ ਜੀ ਠੀਕ ਹੈ ਜੀ ਉਹ ਬੋਲੂਗਾ ਫਿਰ ਅਗਰ ਤੁਸੀਂ ਰਜਿਸਟਰਡ ਹੋ ਕੰਪਲੀਟ ਪ੍ਰਿੰਟ ਐਪਲੀਕੇਸ਼ਨ ਫਾਰਮ ਕੋ ਕਹਿੰਦਾ ਕਿ ਹਾਂਜੀ ਇਹਨੂੰ ਐਪਲੀਕੇਸ਼ਨ ਫਾਰਮ ਭਰੋ ਤੇ ਡੇਟ ਆਫ ਬਰਥ ਭਰੋ ਮੈਂ ਭਰਤੀ ਤੇ ਮੈਂ ਉਸ ਤੋਂ ਬਾਅਦ ਕਰਤੀ ਸਬਮਿਟ ਉਹ ਫਿਰ ਉਸ ওভারਸਮਾਰਟ ਬੰਦੇ ਨੂੰ ਕਹੂਗਾ ਬਈ ਹਾਂਜੀ ਕਾਕਾ ਜੀ ਤੁਸੀਂ ਇੱਕ ਦਿਨ ਬਾਅਦ ਹੀ ਆਗੇ ਹੋ ਹਲੇ ਦੋ ਦਿਨ ਬਾਅਦ ਆਓ ਤੇ ਤੀਜੇ ਦਿਨ ਆਓ ਵੀ ਹੁਣ ਨਹੀਂ ਤੁਸੀਂ ਹਲੇ ਕੁਛ ਇਹਦੇ ਚ ਜਿਹੜੀ ਹੈ ਤੁਹਾਡਾ ਜਿਹੜੇ ਆਪਣਾ ਫੀਸ ਦੀ ਜਿਹੜਾ ਲਿੰਕ ਜਨਰੇਟ ਹੋਊਗਾ ਹਲੇ ਤੀਜੇ ਦਿਨ ਹੋਊਗਾ ਤੁਸੀਂ ਤੀਜੇ ਦਿਨ ਆਇਓ ਫਿਰ ਠੀਕ ਹੈ ਜੀ ਜਿਹੜੇ ਸਮਾਰਟ ਹੋਣਗੇ ਉਹ ਤੀਜੇ ਦਿਨ ਨਹੀਂ ਆਣਗੇ ਤੇ ਇੱਥੇ ਜਿੱਦਾਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਉਹ ਆਟੋਮੈਟਿਕਲੀ ਇਹ ਨਹੀਂ ਆਊਗਾ ਤੁਹਾਨੂੰ ਤੁਹਾਨੂੰ ਫੀਸ ਸਬਮਿਸ਼ਨ ਦਾ ਲਿੰਕ ਆ ਜਾਊਗਾ ਠੀਕ ਹੈ ਜੀ ਤੇ ਹੁਣ ਉਹ ਚਾਰਾਂ ਚੀਜ਼ਾਂ ਦਾ ਧਿਆਨ ਰੱਖਿਓ ਤੇ ਪਹਿਲੇ ਵੀ ਵੀਡੀਓ ਚ ਮੈਂ ਦੱਸਿਆ ਸੀ ਬ੍ਰਾਈਟ ਅਕੈਡਮੀ ਤੁਹਾਡੀ ਚਾਰ ਤਰੀਕੇ ਨਾਲ ਹੈਲਪ ਕਰ ਰਹੀ ਹੈ ਜੇ ਤੁਹਾਨੂੰ ਕੋਰਸਪੋਨੈਂਸ ਨੋਟਸ ਲੈਣਾ ਚਾਹੁੰਦੇ ਹੋ ਪਟਵਾਰੀ ਦੇ ਕੰਪਲੀਟ ਉਹ ਲੈ ਸਕਦੇ ਹੋ ਤੁਸੀਂ ਸਾਰੇ ਕੰਪਲੀਟ ਨੋਟਸ ਹੋਣਗੇ 4000 ਰੁਪ ਤੇ ਬ੍ਰਾਈਟ ਅਕੈਡਮੀ ਦੇ ਜਿਹੜੇ ਆਲਰੇਡੀ ਸਟੂਡੈਂਟਸ ਹੈਗੇ ਬਾਕੀ ਚੀਜ਼ਾਂ ਉਹਨਾਂ ਨੇ ਪੜੀਆਂ ਹੋਈਆਂ ਗ੍ਰੀਨ ਕਾਰਡ ਵਾਲਿਆਂ ਨੇ ਐਗਰੀਕਲਚਰ ਤੇ ਕਾਉਂਸਲ ਜਿਹੜੇ ਨੋਟਸ ਹੈ 500 ਰੁਪਏ ਤੁਹਾਨੂੰ ਮਿਲ ਜਾਣਗੇ ਦੂਜਾ ਹੈਗਾ ਤੁਸੀਂ ਵੀਡੀਓ ਕੋਰਸ ਲੈਣਾ ਚਾਹੁੰਦੇ ਹੋ ਐਂਡਰੌਇਡ ਤੇ ਐਪ ਸਟੋਰ ਆਈਓਐਸ ਦੋਨੋਂ ਲਾਂਚ ਹੋ ਚੁੱਕੀਆਂ ਸਾਰੇ ਵੀਡੀਓਜ਼ ਆਲਰੇਡੀ ਪੈ ਚੁੱਕੇ ਹਨ ਕੋਈ ਚੇਂਜਸ ਹੋਣਗੇ ਸਿਲੇਬਸ ਉਹ ਵੀ ਪਾ ਦਾਂਗੇ ਪੀਡੀਐਫ ਮੌਕ ਟੈਸਟ ਚੈਪਟਰ ਵਾਈਜ਼ ਟੈਸਟ ਜੋ ਵੀ ਤੁਹਾਨੂੰ ਡਾਊਟ ਹੈਗਾ ਤੁਸੀਂ ਡਾਇਰੈਕਟਲੀ ਜਿਹੜੀ ਹੈ ਉੱਥੇ ਤੁਸੀਂ ਆਪਣਾ ਐਪਲੀਕੇਸ਼ਨ ਤੋਂ ਵੀ ਖਰੀਦ ਸਕਦੇ ਹੋ ਆਦਰਵਾਇਜ਼ ਤੁਸੀਂ ਕੋਈ ਡਾਊਟ ਹੈਗਾ 99988844220 ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਵੀਡੀਓ ਕੋਰਸ ਵਾਸਤੇ ਵੀ ਤੇ ਤੁਹਾਡੇ ਆਪਣਾ ਜਿਹੜੇ ਨੋਟਸ ਤੁਸੀਂ ਕੋਰਸਪੋਂਡੈਂਸ ਬਾਏ ਕਰਨੇ ਆ ਤੀਜਾ ਆ ਗਿਆ ਹਾਂਜੀ ਨਹੀਂ ਅਸੀਂ ਵੀਡੀਓ ਤੋਂ ਨਹੀਂ ਪੜਨਾ ਦੀ ਅਸੀਂ ਤਾਂ ਆਨਲਾਈਨ ਪੜਨਾ ਜੀ ਲਾਈਵ ਕਲਾਸਾਂ ਤੇ ਲਾਈਵ ਕਲਾਸਾਂ ਵੀ ਤੁਹਾਡੀਆਂ 21 ਤਰੀਕ ਤੋਂ ਸ਼ੁਰੂ ਹੋ ਰਹੀਆਂ ਉਹਦੇ ਦਾ ਟਾਈਮ ਹੋਏਗਾ 2 ਤੋਂ 5 ਉਹਦੇ ਵਾਸਤੇ ਵੀ ਕੋਈ ਡਾਊਟ ਹੈਗਾ ਉਹ ਤੁਹਾਨੂੰ ਤੁਸੀਂ ਜਿਹੜਾ ਆਪਣਾ ਇਹ 9998884422 ਤੋਂ ਪੁੱਛ ਸਕਦੇ ਹੋ ਨੇ ਕਈ ਨੂੰ ਲੱਗਦਾ ਨਹੀਂ ਸਰ 8 ਮਹੀਨੇ ਹੋਣ ਘਰੇ ਹੋ ਗਏ ਬੈਠੇ ਸਾਨੂੰ ਹੁਣ ਤਾਂ ਅਸੀਂ ਕਲਾਸਾਂ 'ਚ ਹੀ ਆਣਾ ਹੈ ਕਲਾਸਾਂ 'ਚ ਆਜੋ ਆਫਲਾਈਨ ਦੇ ਜਿਹੜੇ ਸਪੈਸ਼ਲ ਬੈਚ ਸਟਾਰਟ ਹੋਣਗੇ ਪਟਵਾਰੀ ਦੇ ਬਾਕੀ ਪੇਪਰਾਂ ਦੇ ਸਿਰਫ ਪਟਵਾਰੀ ਦੇ ਸਪੈਸ਼ਲ ਇਹ ਵੀ 21 ਤਰੀਕ ਨੂੰ ਸ਼ੁਰੂ ਹੋਣਗੇ ਸਾਰੇ ਟਾਈਮਿੰਗ ਹੋਣਗੇ 7 ਵਜੇ 9 ਵਜੇ 12 ਵਜੇ 3 ਵਜੇ 5:30 ਵਜੇ ਜਿਸ ਨੋਟਸ ਵੀ ਮਿਲਣਗੇ ਮੌਕ ਟੈਸਟ ਵੀ ਹੋਣਗੇ ਤੇ ਨਾਰਮਲ ਕਲਾਸਾਂ ਵੀ ਸਾਰੀਆਂ ਸਿਲੇਬਸ ਕਰਾਇਆ ਜਾਏਗਾ ਤੇ ਇਹ ਸੜੀਆਂ ਸਾਰੀਆਂ ਕਲਾਸਾਂ ਸਾਡੇ ਸਾਰੇ ਸੈਂਟਰਾਂ 'ਚ ਸੈਕਟਰ 15 ਚੰਡੀਗੜ੍ਹ ਮੋਹਾਲੀ ਪੰਚਕੁਲਾ ਤੁਹਾਡਾ ਆਪਣਾ ਪਟਿਆਲਾ, ਸੰਗਰੂਰ, ਗੁਰਦਾਸਪੁਰ ਸਾਰੇ ਸੈਂਟਰਾਂ ਚ ਲੁਧਿਆਣਾ ਸਾਰੇ ਸੈਂਟਰਾਂ ਜਿਹੜੀ ਹੈ ਸਪੈਸ਼ਲ ਬੈਚ ਚਲਾਏ ਜਾਣਗੇ ਤੇ ਹੁਣ ਵੀ ਜੇ ਐਪਲੀਕੇਸ਼ਨ ਫਾਰਮ ਭਰਨ ਚ ਕੋਈ ਤੁਹਾਨੂੰ ਲੱਗਦਾ ਕਿ ਡਾਊਟ ਹੈਗਾ ਤੇ ਤੁਸੀਂ ਇਹ ਨੰਬਰ ਹੈਗਾ 999844220 ਤੇ ਹਾਂਜੀ ਜਿਹੜਾ ਕੰਪਿਊਟਰ ਸਰਟੀਫਿਕੇਟ ਆ ਜਿਹੜਾ 10 ਦਾ ਸਰਟੀਫਿਕੇਟ ਹੈ ਜਿਹੜਾ ਤੁਹਾਡਾ ਆਪਣਾ ਕੈਟਾਗਰੀ ਸਰਟੀਫਿਕੇਟ ਹੈਗਾ ਈਡਬਲਯੂ ਐਸ ਸਰਟੀਫਿਕੇਟ ਹੈ ਲਾਸਟ ਡੇਟ ਤੋਂ ਪਹਿਲੇ ਪਹਿਲੇ ਬਣਾ ਕੇ ਆਪਣੇ ਕੋਲ ਰੱਖੋ ਬਾਅਦ ਹੀ ਵੇਟ ਨਾ ਕਰੋ ਇਹ ਵਾਰੀ ਬਾਅਦ ਚ ਜਾ ਕੇ ਰਿਜੈਕਟ ਵੀ ਹੋ ਸਕਦਾ ਇਸ ਕਰਕੇ ਪਹਿਲੇ ਹੀ ਬਣਾ ਲਿਓ ਨਾ ਸਾਰੀਆਂ ਗੱਲਾਂ ਨੂੰ ਠੀਕ ਹੈ ਸੋ ਆਲ ਦਾ ਬੈਸਟ ਥੈਂਕ ਯੂ ਆਈ ਹੋਪ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਆਰਾਮ ਨਾਲ ਸਮਝ ਆ ਗਈਆਂ ਹੋਣੀਆਂ 10 15 ਮਿੰਟ ਦੇ ਵੀਡੀਓ ਚ ਸੋ ਥੈਂਕ ਯੂ ਵੈਰੀ ਮੱਚ ਗੋਡ ਬles ਯੂ ਗੋਡ ਬles ਯੂ ਆਲ ਸੋ ਇਸ ਵਾਰੀ ਕੀ ਬਣਨਾ ਹੈ ਪਟਵਾਰੀ ਥੈਂਕ ਯੂ